ਸੰਕ੍ਰਾਂਤ ਦਾ ਦਿਹਾੜਾ ਚੱਲਿਆ। ਪਹਿਲੇ ਸਮੇਂ 'ਚ ਮਨਾਇਆ ਜਾਂਦਾ ਸੀਗਾ ਹਿੰਦੂ ਧਰਮ ਵਿੱਚ, ਪਰ ਮਸਾਂਦ ਵਾਲੇ ਦਿਨ ਵੱਡੇ ਵੱਡੇ ਬੰਦੇ ਪੰਡਤਾਂ ਕੋਲੇ ਟੇਵਾ ਪੱਤਰੀ ਲੈ ਜਾਂਦੇ ਸੀ ਵੀ ਕੱਲ ਨੂੰ ਸੰਕ੍ਰਾਂਤ ਆ, ਤੁਸੀਂ ਵੇਖੋ ਸਾਨੂੰ ਕੋਈ ਸਾੜ ਸਰਦੀ ਤਾਂ ਨਹੀਂ ਮਹੀਨਾ ਚਿੰਬੜੂ, ਕੋਈ ਹੋਰ ਗ੍ਰਹਿ ਰਾਹੂ ਕੇਤੂ ਚਿੰਬੜ ਤਾਂ ਨਹੀਂ ਜਾਣਗੇ, ਕਲਯੁਗ ਦਾ ਸਮਾਂ ਹੈ। ਪੰਡਤ ਹਰੇਕ ਸੱਚੇ ਨਹੀਂ ਹੁੰਦੇ, ਸੱਚੇ ਵੀ ਹੁੰਦੇ ਵਿੱਚ, ਪਰ ਹਰੇਕ ਨੂੰ ਮਿਲਦੇ ਨਹੀਂ। ਕਈ ਪੰਡਤਾਂ ਨੇ ਕਹਿਣਾ ਐਂ ਕਰੋ ਤੁਹਾਡੇ ਗ੍ਰਹਿ ਮਹੀਨੇ ਦੇ ਲੈ ਲੈਂਦੇ ਹਾਂ, ਇੱਕ ਸਿਰ ਛੋਲਿਆਂ ਦੀ ਦਾਲ, ਇੱਕ ਸਿਰ ਮਾਹਾਂ ਦੀ ਦਾਲ, ਇੱਕ ਸਿਰ ਮੋਠਾਂ ਦੀ ਮੂੰਗੀ ਦੀ ਸੁਤਨਾਈ ਆ, ਜਾਣੀ ਸੱਤ ਭਾਤਾਂ ਦੀਆਂ ਦਾਲਾਂ ਲਿਆਓ ਸਾਡੇ ਕੋਲ, ਅਤੇ ਇੱਕ ਲਿਆਓ 100 ਰੁਪਈਆ, ਇੱਕ ਲਿਆਓ ਪੂਰਾ ਕੁੱਜਾ ਇੱਕ ਬੰਦੇ ਤੋਂ। ਦੇਖੋ ਸੱਤ ਸਿਰ ਨਾਸ ਨਾਜ ਬਣ ਜਾਂਦਾ, 100 ਰੁਪਈਆ ਇੱਕ ਬੰਦੇ ਤੋਂ ਲੈ ਗਿਆ, ਬਸ ਉਹ ਤਾਂ ਮਹੀਨੇ ਦੀਆਂ ਰੋਟੀਆਂ ਬਣ ਗਈਆਂ ਪੰਡਤ ਦੀਆਂ। ਬਸ ਕਈਆਂ ਦੇ ਘਰ ਇੰਨਾ ਇੱਕ ਇੱਕ ਸਿਰ ਨਹੀਂ ਸੀ ਹੁੰਦਾ, ਬੜੇ ਔਖੇ, ਪਰ ਉਹ ਟਾਈਮ 'ਤੇ ਵੱਡੇ ਵੱਡੇ ਬੰਦਿਆਂ ਦੇ ਟੇਵੇ ਬਣਦੇ ਪੱਤਰੀਆਂ, ਉਹ ਫਿਰ ਕਹਿ ਦੇਣਾ ਤੁਸੀਂ ਲਿਆਓ ਕੁੱਜਾ ਸਤਨਾਈਆ ਰੱਖ ਲੈਣਾ ਕੋਲੇ, ਇੱਕ ਬੰਦੇ ਨੂੰ ਬਹਾ ਲੈਣਾ ਮੁਖੀ ਨੂੰ, ਉਹਦੇ 'ਚ ਲੈ ਕੇ ਚੁਟਕੀ ਭਰ ਕੇ ਉਹਦੇ ਸਿਰ 'ਤੇ ਫੇਰ ਕੇ ਕਹਿਣਾ ਈਸਰਾ ਦਲਿੱਦਰ ਜਾ ਦਲਿੱਦਰ ਦੀ ਜਲ ਚੁੱਲ੍ਹੇ ਪਾ, ਇਹ ਉਹ ਪੜ੍ਹਨਾ ਉਹਨਾਂ ਨੇ ਮੰਤਰ ਮਹਾਮਤਰੰਜੇ ਦਾ ਮੰਤਰ ਪੜ੍ਹ ਕੇ ਉੱਤੇ ਸਾਧ ਸੰਗਤ ਸੱਤਾਂ 'ਚੋਂ ਚੁਟਕੀ ਚੁਟਕੀ ਭਰ ਦੇਣੀ, ਉਹਨੂੰ ਬਰਾ ਦੇਣਾ ਵੀ ਅਸੀਂ ਤੇਰਾ ਐਂ ਕੰਮ ਕੀਤਾ, ਅਤੇ ਚੱਪਣ ਦੇ ਉੱਤੇ ਆਟਾ ਲਾ ਕੇ ਚੱਪਣ ਉਹਦੇ ਸਿਰ ਤੋਂ ਦੀ ਐਂ ਕਰਕੇ ਸੁਹਾ ਕੇ ਅਤੇ ਕੜੱਕ ਦੇਣੇ ਮਾਰਨਾ, ਕਹਿਣਾ ਤੇਰੇ ਗ੍ਰਹਿ ਇਹਦੇ 'ਚ ਬੰਦ ਹੋ ਗਿਆ। ਜੇ ਉਹਨੇ ਕਹਿਣਾ ਘਰਦਿਆਂ ਦੇ ਗ੍ਰਹਿ, ਫਿਰ ਦੂਜਿਆਂ ਦੇ ਕਈਆਂ ਨੇ ਕਹਿਣਾ 100 ਰੁਪਈਆ ਹੋਰ ਦੇ, 100 ਰੁਪਈਆ ਲੈ ਲੈਣਾ ਹੋਰ, ਲੈ ਕੇ ਕਹਿਣਾ ਹੁਣ ਇਹਨੂੰ ਐਂ ਕਰ ਘਰੇ ਲੈ ਜਾ, ਅੱਧੀ ਰਾਤ ਤਾਰਿਆਂ ਦੀ ਛਾਵੇਂ ਸਾਰਿਆਂ ਨੂੰ ਬੁਹਾਲੀ, ਅੱਧੀ ਰਾਤ ਸਾਰਿਆਂ ਦੇ ਸਿਰ ਤੋਂ ਦੀ ਛੁਹਾਈ, ਇਹਨੂੰ ਪੜ੍ਹੀ ਸਰਾ ਦਲਿੱਦਰ ਜਾ ਦਲਿੱਦਰ ਦੀ ਜਾ ਚੁੱਲ੍ਹੇ ਪਾ, ਅਤੇ ਤੂੰ ਬੁੱਕਲ ਮਾਰ ਕੇ ਅੱਧੀ ਰਾਤ ਤਾਰਿਆਂ ਦੀ ਛੇਵੀਂ ਚੌਂਕ 'ਚ ਰੱਖੇ ਚੌਂਕ 'ਚ, ਅਤੇ ਤੁਹਾਡੇ ਗ੍ਰਹਿ ਉੱਥੇ ਚੌਂਕ ਜਾਵੜ ਦੇ ਵਿੱਚ ਜਿਹਦਾ ਵੱਜ ਗਿਆ ਨਾ ਠੇਡਾ ਅਤੇ ਚੱਪਣ ਗਿਆ ਖੁੱਲ, ਉਹਨੂੰ ਗ੍ਰਹਿ ਚਿੰਬੜ ਜਾਣਗੇ। ਇਹ ਗੱਲ ਚੱਲਦੀ ਚੱਲਦੀ ਬਾਬਾ ਬੁੱਢਾ ਜੀ ਕੋਲੇ ਚਲੀ ਗਈ, ਕਿਉਂ? ਦਰਬਾਰ ਸਾਹਿਬ ਦੇ ਦੂਰੋਂ ਦੂਰੋਂ ਸੰਗਤਾਂ 2 ਵਜੇ ਆਉਂਦੀਆਂ ਸੀ ਥੜਾ ਧੋਣ ਗੁਰੂ ਰਾਮਦਾਸ ਸਾਹਿਬ ਮਹਾਰਾਜ, ਅਤੇ ਉਦੋਂ ਲਾਈਟ ਨਹੀਂ ਸੀ ਹੁੰਦੀ ਰਸਤੇ, ਅਤੇ ਚੌਂਕ ਸ਼੍ਰੀ ਅੰਮ੍ਰਿਤਸਰ ਨੂੰ ਬਹੁਤ ਜ਼ਿਆਦਾ ਪੈਂਦੇ, ਸ਼੍ਰੀ ਅੰਮ੍ਰਿਤਸਰ ਸਾਹਿਬ ਦੇ 4 ਚੁਫੇਰੇ ਕੁੱਜੇ ਹੀ ਕੁੱਜੇ ਪਏ ਹੁੰਦੇ ਸੀ, ਜਿਹੜੇ ਬੰਦੇ ਗਰੀਬ ਹੁੰਦੇ ਸੀ ਪੱਤਰੀ ਟੇਵਾ ਨਹੀਂ ਹੁੰਦਾ ਸੀ ਉਹਨਾਂ ਨੂੰ ਚਲੋ ਨਹੀਂ ਚਿੰਬੜਦਾ ਸੀ, ਪਰ ਮਾੜੇ ਫਿਕਰ ਦਾ ਗ੍ਰਹਿ ਚਿੰਬੜ ਜਾਂਦਾ ਸੀ, ਪਤਾ ਨਹੀਂ ਕੀ ਹੋਊਗਾ, ਟੂਣਾ ਟੱਪ ਗਏ ਆ, ਚੱਪਣ ਉੱਤੋਂ ਲੈ ਗਿਆ, ਪਤਾ ਨਹੀਂ ਕੀ ਹੋਊ। ਇਹ ਗੱਲ ਬਾਬਾ ਬੁੱਢਾ ਜੀ ਕੋਲੇ ਚਲੀ ਗਈ, ਬਾਬਾ ਜੀ ਗੁਰੂ ਸਾਹਿਬ ਨੂੰ ਬੇਨਤੀ ਕਰੋ ਵੀ ਇਹ ਚੱਪਣ ਜਿਹੜੇ ਰੱਖਦੇ ਆ ਕੁੱਜੇ ਰੱਖਦੇ ਆ ਵੀ ਸੰਗਤ ਭੇਜ ਕੇ ਇਹਨਾਂ ਨੂੰ ਹਟਾਓ। ਗੁਰੂ ਸਾਹਿਬ ਆਸਣ 'ਤੇ ਬੈਠੀ ਕੋਠਾ ਸਾਹਿਬ ਵਿੱਚ, ਗੁਰੂ ਜੀ ਬੇਨਤੀ ਸੁਣ ਕੇ ਵੇਖੋ ਕੈਸਾ ਗੁਰੂ ਆ, ਨਹੀਂ ਮੇਰੇ ਵਰਗੇ ਨੂੰ ਕਹਿਣਾ ਸੀ ਵੀ ਕੋਈ ਨਹੀਂ ਆਉਂਦੇ ਨੂੰ ਡੱਲੇ ਪਾ ਦਾਂਗੇ, ਕੁੱਜੇ ਕੁੱਜੇ ਰੱਖਣ ਵਾਲਿਆਂ ਦੇ ਵੀ ਕਰ ਦਿਆਂਗੇ ਉਹਨਾਂ ਨੂੰ ਮੂੰਹ ਲਾਲ ਕੁੱਟ ਕੁੱਟ ਕੇ। ਗੁਰੂ ਸਾਹਿਬ ਬਚਨ ਸੁਣ ਕੇ 2.5 ਘੰਟੇ ਸਮਾਧੀ ਲਾ ਲਈ, ਸਮਾਧੀ ਖੋਲ੍ਹ ਕੇ ਕਹਿੰਦੇ ਬਾਬਾ ਬੁੱਢਾ ਜੀ ਭਾਈ ਗੁਰਦਾਸ ਨੂੰ ਲਿਆਓ, ਭਾਈ ਗੁਰਦਾਸ ਨੂੰ ਆਖਿਆ ਭਾਈ ਗੁਰਦਾਸ ਕਾਜ ਕਲਮ ਸਾਹੀ ਲਿਆ, ਸੰਗਤਾਂ ਦੀ ਬੇਨਤੀ ਸੁਣ ਕੇ ਨਿਰੰਕਾਰ ਨਾਲ ਬਚਨ ਕੀਤਾ ਸੀ ਵੀ ਜਿਹੜੇ ਗੁਰਸਿੱਖ ਟੇਵੇ ਪੱਤਰੇ ਨਹੀਂ ਬਣਾਉਂਦੇ ਵੀ ਜਦੋਂ ਠੇਡਾ ਵੱਜਦਾ ਇਹਨਾਂ ਦਾ ਟੂਣਾ ਟੱਪਦੇ ਆ ਤੇ ਇਹਨੂੰ ਗ੍ਰਹਿ ਦਾ ਫਿਕਰ ਪੈ ਜਾਂਦਾ। ਨਿਰੰਕਾਰ ਕਹਿੰਦੇ ਤੁਸੀਂ 12 ਮਹੀਨਿਆਂ ਦਾ 12 ਮਾਹਾਂ ਦਾ ਪਾਠ ਚਾਰਨ ਕਰੋ, ਤੁਹਾਡੇ ਵਿੱਚ ਵੀ ਅਸੀਂ ਕਰਦੇ ਹਾਂ ਚਾਰਨ, ਉਹ 12 ਮਹੀਨਿਆਂ ਦਾ ਪਾਠ ਅੱਜ ਸੰਗਰਾਂਦ ਵਾਲੇ ਦਿਨ ਹੁੰਦਾ ਸੁਬਾਹ। ਹੁਣ ਕਲਯੁਗ ਦਾ ਪ੍ਰਭਾਵ ਸਿੱਖ ਧਰਮ 'ਤੇ ਬਹੁਤ ਪੈ ਚੁੱਕਾ, ਹੁਣ ਬਹੁਤ ਤਾਂ ਪ੍ਰਚਾਰ ਇਹੀ ਕਰ ਰਹੇ ਵੀ ਸੰਗਰਾਂਦ ਮਨਾਓ ਜੀ ਨੂੰ, ਦੇਖੋ ਜਾਣੀ ਪੱਕੀ ਸੰਗਰਾਂਦ ਦੀ ਨਿਉਂ ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ 'ਚ ਰੱਖਤੀ 12 ਮਾਹਾਂ ਤੋਂ, ਅਤੇ ਗੁਰੂ ਜੀ ਨੇ ਵਚਨ ਕਰਤਾ ਦੀਵਾਨ ਵਿੱਚ ਮਾਘ ਦੇ ਮਹੀਨੇ 'ਚ ਪਹਿਲੀ ਸੰਗਰਾਂਦ ਸ਼ੁਰੂ ਹੋਈ ਆ,
ਮਾਦੇ ਮਿਲੀ ਜੀ ਕੋਈ ਖੇਡ ਜੀ ਨਹੀਂ ਵੀ ਇੱਕ ਤਾਂ ਇਸ਼ਨਾਨ ਕਰੋ ਦੂਜਾ ਘਰੋਂ ਤੈਲ ਪਾਣੀ ਜਿਹੜਾ ਪੰਡਤਾਂ ਨੂੰ ਦੇਣਾ ਸੀ ਉਹ ਨਾ ਦਿਓ ਕੋਈ ਖਾਲੀ ਹੱਥ ਨਾ ਆਓ ਕੋਈ ਰਾਸ਼ਨ ਕੋਈ ਕੁਛ ਲਿਓ ਬਾਬਾ ਜੀ ਨੇ ਕਹੀ ਜੀ ਜੇ ਗਰੀਬ ਹੋਏ ਫਿਰ ਗੁਰੂ ਜੀ ਕਹਿੰਦੇ ਫੁੱਲਾਂ ਦੀ ਕਿਆਰੀ ਲਾ ਕੇ ਫੁੱਲ ਹੀ ਤੋੜ ਦਿਓ ਉਦੋਂ ਫਿਰ ਦਰਬਾਰ ਸਾਹਿਬ ਫੁੱਲ ਚੜ੍ਹਨ ਲੱਗੇ ਹਾਰ ਬਣਨ ਲੱਗੇ ਆਖੇ ਜੀ ਫੁੱਲ ਵੀ ਨਾ ਆਉਣ ਗੁਰੂ ਜੀ ਕਹਿੰਦੇ ਸੁਨੇਹਾ ਆਣ ਕੇ ਝਾੜੂ ਮਾਰਦੇ ਦਰਬਾਰ ਤੋਂ ਇਸ਼ਨਾਨ ਕਰਕੇ ਲੰਗਰ ਛੱਕ ਕੇ ਜਦੋਂ 12 ਮਾਹ ਪੜ੍ਹਨਾ ਉਦੋਂ ਫਿਰ ਸਮਾਧੀ ਲਾ ਕੇ ਬਹਿਜੋ ਜਿਹੜਾ 12 ਮਾਹ ਦਾ ਪਾਠ ਸੁਣੂ ਸੰਗਰਾਂਦ ਨੂੰ ਕੜਾਹ ਪ੍ਰਸ਼ਾਦ ਛੱਕ ਕੇ ਘਰ ਨੂੰ ਜਾਊਗਾ ਇੱਥੇ ਸੇਵਾ ਕਰੂਗਾ ਗੁਰੂ ਜੀ ਕਹਿੰਦੇ ਇੱਕ ਮਹੀਨੇ ਦੇ ਗ੍ਰਹਿ ਮੈਂ ਆਪਣੀ ਮੁੱਠੀ 'ਚ ਲੈ ਲਵਾਂਗਾ ਗੁਰੂ ਅਰਜਨ ਸਾਹਿਬ ਉਹਨੂੰ ਕੋਈ ਵਹਿਮ ਭਾਵ ਕਰਨ ਦੀ ਲੋੜ ਉਹਦੇ ਵਾਸਤੇ ਚਾਰੇ ਰਸਤੇ ਖੁੱਲ੍ਹੇ ਚਾਹੇ ਟੂਣਾ ਆ ਜਾਏ ਚਾਹੇ ਟੱਪਾ ਆ ਜਾਏ ਚਾਹੇ ਕੁਛ ਵੀ ਆ ਉਹ ਇਹ ਇਤਿਹਾਸ ਹੈ ਵੀ ਗੁਰੂ ਮਹਾਰਾਜ ਦਾ 12 ਮਾਹ ਦਾ ਪਾਠ ਸੁਣਨਾ ਚਾਹੀਦਾ ਗੁਰਦੁਆਰੇ ਸਾਹਿਬ 'ਚ ਅੱਜ ਦਾ ਸਮਾਂ ਅਸੀਂ ਕਈ ਥਾਈਂ ਸੁਣਿਆ ਭਾਈ ਵਿਚਾਰਾ ਗੁਰਦੁਆਰੇ ਵਾਲਾ ਉਹ ਰਾਤ ਨੂੰ ਅਨਾਊਂਸਮੈਂਟ ਕਰਦਾ ਭਾਈ ਕੱਲ੍ਹ ਨੂੰ ਸੰਗਰਾਂਦ ਹੈ ਉਦੋਂ ਅਸੀਂ ਸੁਣਦੇ ਨਹੀਂ ਹੁਣ ਬਹੁਤ ਨਸ਼ਾ ਹੁੰਦਾ ਬਹੁਤ ਟੈਲੀਵਿਜ਼ਨ ਚੱਲਦਾ ਹੁੰਦਾ ਜਾਂ ਕੰਪਿਊਟਰ ਚੱਲਦਾ ਹੁੰਦਾ ਬੱਚਿਆਂ ਦਾ ਕਈ ਪਏ ਜਾਂਦੇ ਸਵੇਰੋਂ ਗ੍ਰੰਥੀ ਸੋਚੂਗਾ ਵੀ ਗੁਰਦੁਆਰਾ ਮਿਲਿਆ ਪਰ ਕੋਈ ਆਇਆ ਨਹੀਂ ਉਹ ਫਿਰ ਸਵੇਰ ਅਨਾਊਂਸਮੈਂਟ ਕਰਦਾ ਭਾਈ ਦੇਗ ਬਣੀ ਪਈ ਆ ਮੈਂ 12 ਮਾਹ ਪੜ੍ਹਨ ਲੱਗਿਆ ਵੀ ਗੁਰਦੁਆਰੇ 'ਚ ਕੋਈ ਹੈ ਨਹੀਂ ਜਿਹੜਾ ਬਾਹਰ ਖੜਾ ਉਹੀ ਅੰਦਰ ਆ ਜਾਓ ਇਹ ਉਦੋਂ ਸੁਣਦੇ ਆ ਉਦੋਂ ਕੀ ਜਾਣਗੇ ਨਾ ਇੱਕ ਦੂਜੇ ਇਹ ਕਹਿਣਾ ਤੇ ਘੋਣਾ ਨਹੀਂ ਚਾਹੀਦਾ ਆਪਾਂ ਨੂੰ ਸਿੱਖ ਥੋੜੇ ਆ ਕਹਿਣਗੇ ਸੰਗਰਾਂਦ ਆ ਵੀ ਨਹੀਂ ਅੱਛਾ ਬਹੁਤ ਮਾੜੀ ਗੱਲ ਹੋਈ ਵੀ 2 ਮਹੀਨੇ ਨੂੰ ਆਉਣੀ ਚਾਹੀਦੀ ਸੀ ਵੇਖੋ ਅੱਛਾ ਐਂ ਕਰਨਗੇ ਇੱਕ ਦੂਜੇ ਨੂੰ ਸੰਗਰਾਂਦ ਆ ਵੀ ਗਈ ਫਿਰ ਹੌਲੀ ਜਿਹੜੇ ਬੁੜਾ ਬੋਲੂ ਤੇ ਕਹੂ ਘੋਨਿਆ ਤੇਰਾ ਵਿਆਹ ਹੋਇਆ ਤੂੰ ਜਾ ਮੱਥਾ ਟੇਕਿਆ ਉਹਨੇ ਕਹਿਣਾ ਮੈਂ ਕੀ ਕਰਨਾ ਹੁਣ ਤੁਹਾਨੂੰ ਪਤਾ ਵੀ ਜਿਹੜਾ ਘੋਨਾ ਹੁੰਦਾ ਉਹਦਾ ਬੁਸ਼ ਕਸੇ ਹੁੰਦਾ ਨੀਚੀ ਤਾਂ ਉਹਨੇ ਮਾਰੀ ਜਾਣੀ ਹੈ ਕਲਮ ਬੈ ਕੀ ਕਰਨਾ ਤੂੰ ਜਾ ਉਹਨੂੰ ਕਿਉਂ ਕਹਿੰਦਾ ਵੀ ਤੇਰਾ ਕੀ ਪਤਾ ਜਦੋਂ ਮਰ ਗਿਆ ਤੂੰ ਘਰੇ ਮੁੜਿਆ ਮੈਂ ਤੂੰ ਸੰਗਰਾਂਦ ਤੇ ਜਾ ਮੈਂ ਉੱਥੇ ਹੀ ਰਹੀ ਆਹ ਕਰਨਾ ਸਾਡੀਆਂ ਤੂੰ ਜਾ ਉਹ ਕਹਿੰਦਾ ਫਿਰ ਤੂੰ ਆਪਦੀ ਬੇਬੇ ਨੂੰ ਕਹਿ ਉਹ ਬੇਬੇ ਕਹਿੰਦੀ ਮੇਰੇ ਕੋਲ ਕੋਈ ਪੈਸੇ ਹੈ ਨਹੀਂ ਜਿਹੜੀ ਨਵੀਂ ਵਿਆਹੀ ਬੀਬੀ ਉਹ ਕਹਿੰਦੀ ਮੇਰੇ ਕੋਲ ਲੈ ਜਾ ਮੈਨੂੰ ਸਗਰਾਂ ਦੇ ਪਏ ਪਰਚੀਆਂ ਲੱਗੀਆਂ ਉੱਤੇ ਤੇ ਟੇਪ ਲੱਗੀ ਆ ਬਈ ਬਾਬੇ ਨਾਲ ਮੈਨੂੰ ਕਿਹੜਾ ਪਤਾ ਅੱਖਾਂ ਮੀਚੀਆਂ ਆਪਾਂ ਉੱਥੇ ਮੱਥਾ ਟੇਕ ਦਿਓ ਭਾਈ ਚ ਭਾਈ ਦਾ ਜਿਹੜਾ ਰੁਪਈਆ ਹੁੰਦਾ ਉਹ 50 ਪੈਸੇ ਲੈਂਦੇ ਆ ਦਸਾਂ ਦਾ ਨੋਟ ਹੁੰਦਾ 5 ਚ ਵਿਕਦਾ ਆਹ ਸਾਡਾ ਕੰਮ ਸੰਗਰਾਂਦ ਦਾ ਰਹਿ ਗਿਆ ਅਸੀਂ ਗੁਰਦੁਆਰੇ ਬਾਹਰ ਆਪਾਂ 12 ਮਾਹ ਨੂੰ ਨਹੀਂ ਮੰਨਦੇ ਆਪਾਂ ਕਹਿੰਦੇ ਜਦੋਂ ਭੋਗ ਪੈਂਦਾ ਭੋਗ ਕਦੋਂ ਪੈਂਦਾ ਜਦੋਂ ਸੰਗਤ ਉੱਠਦੀ ਨਾ ਉਦੋਂ ਦੇਗ ਲੈਣ ਵਾਸਤੇ ਆਪਾਂ ਕਹਿੰਦੇ ਸੰਗਰਾਂਦ ਮਨਾਈ ਗਈ ਦੇਗ ਖਾਂਦੇ ਖਾਂਦੇ ਕਹਿੰਦੇ ਸੰਗਰਾਂਦ ਮਨਾ ਲਈ ਆ ਕਹਿੰਦੇ ਮੁਗਾ ਦੇਗ ਲੈ ਕੇ ਵੀ ਅੱਧੀ ਖਾ ਲੈਣਗੇ ਉਹ ਫੁਰਕੀ ਜਾਣਗੇ ਗਿੱਟਿਆਂ ਨੂੰ ਦੇਗ ਲਾਈ ਜਾਣਗੇ ਮੂੰਹ ਨੂੰ ਲਾਈ ਜਾਣਗੇ ਇਹ ਦੇਗ ਛੱਕ ਕੇ ਮੂੰਹ ਤੇ ਹੱਥ ਇਕੱਲੇ ਤੇ ਫੇਰ ਸਕਦੇ ਆ ਯਾਨੀ ਸਿਮਰਨ ਕਰੋ ਤੁਰਦੇ ਫਿਰਦੇ ਵਾਹਿਗੁਰੂ ਦਾ ਘਰ ਨੂੰ ਜਾਂਦੇ ਹੋਏ ਇਹ ਗੁਰੂ ਜੀ ਦਾ ਲਿਖਤ ਵਿੱਚ ਵਚਨ ਹੈ ਤੇ ਗੁਰੂ ਜੀ ਦਾ ਵਚਨ ਹੈ ਵੀ ਜਿਹੜਾ 12 ਮਾਹ ਦਾ ਪਾਠ ਸਰਵਣ ਕਰੇਗਾ ਉਹਦੇ 1 ਮਹੀਨੇ ਦੇ ਗ੍ਰਹਿ ਮੈਂ ਆਪਣੀ ਮੁੱਠੀ ਵਿੱਚ ਲੈ ਲਵਾਂਗਾ ਤੁਸੀਂ ਸੰਗੀ ਬੈਠੇ ਹੋ ਸਾਰੇ ਬਹੁਤ ਸੰਗੀਆਂ ਨੇ ਸੁਣਿਆ ਹੋਣਾ 12 ਮਾਹ ਦਾ ਪਾਠ ਹੁਣ ਤਾਂ ਸਾਇੰਸ ਦਾ ਯੁੱਗ ਹੈ ਉਹਨਾਂ ਵਿੱਚ ਵੀ ਇਹ ਚੱਲਦਾ ਪਰ ਹੋਰ ਵੀ ਪਰ ਜੇ ਹੋ ਸਕੇ ਕਿਤੇ ਨਹੀਂ ਸਮਾਂ ਬਣਦਾ ਘਰੇ ਵੀ ਕੜਾਹ ਪ੍ਰਸ਼ਾਦ ਕਰਕੇ ਘਰੇ ਟਿਕਾ ਕੇ ਸਾਰੇ ਪਰਿਵਾਰ ਨੂੰ ਪੜ੍ਹਾ ਕੇ 12 ਮਾਹ ਕਰਿਆ ਜਾਵੇ ਸਾਡੇ ਘਰ 'ਚ ਇਹ ਵੀ ਹੁੰਦਾ ਅਤੇ 12 ਮਾਹ ਦਾ ਪਾਠ ਸਰਵਣ ਕੀਤਾ ਜਾਵੇ ਅਤੇ ਗੁਰੂ ਸਾਹਿਬ ਦਾ ਵਚਨ ਪੂਰਾ ਹੋ ਜਾਵੇ ਆਪਣੇ ਸਿਰ 'ਤੇ ਹੱਥ ਗੁਰੂ ਸਾਹਿਬ ਰੱਖਣ